ਬੰਤ ਦੀ ਪਤਨੀ ਪ੍ਰੀਤੋ ਨੇ ਬੰਤ ਨੂੰ ਕਿਉਂ ਛੱਡਿਆ? ਕੀ ਹੋ ਗਿਆ ਜੀ? ਜਮਾਕਾ ਦਾ ਨਾਮ ਲੈਤਾ, ਗਾੜੇ ਆਧਾਰ ਕਾਰਡ ਵਾਲਿਆਂ ਦਾ ਨਾਮ ਲੈਤਾ ਉਹਦਾ। ਸਵਾਲ ਕੰਪਨੀ ਵੱਲੋਂ ਆਇਆ ਜੀ, ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ। ਕਹਿ ਦੋ ਬਹੂ, ਕਹਿ ਦੋ ਮੇਰੀ ਭਾਈ ਕਰ, ਮੇਰੀ ਇੰਨੀ ਧੜਫੜ ਦੇ ਜਿੰਦਾ ਰਹੂ। ਦਿਮਾਗ ਚੱਲਦਾ ਰਹੂ, ਦਿਮਾਗ ਨਾਲ ਨਹੀਂ ਪਤਾ ਕੀ ਕਰਦੇ ਬੰਤ, ਕੁਛ ਨਹੀਂ ਪਤਾ। ਉਹੀ ਗੱਲ, ਉਹ ਬੰਦਾ ਅਫਸਰ ਤਕੜਾ ਭੇਤੀ ਦੀ ਗੱਲ, ਕੋਈ ਵੱਡੀ ਮਤਲਬ ਥੋੜੇ ਦੇਰ ਰਹਿ ਹੋਈ ਹੋਈ ਸੀ ਐਡੀ ਵੱਡੀ ਦੀ। ਮੇਰਾ ਦਿਲ ਬਦਲਾਉਂ ਦੇ ਤੀ, ਪੁੱਛ ਮੈਡਮ ਕਰਾਇਆ ਮੇਰਾ ਕਾਰਨ ਜੀ। ਕਹਿੰਦੇ ਦਿਲ, ਮੇਰੇ ਦਿਲ ਸ਼ੇਰ ਵਾਲਾ ਨਾ, ਦਿਲ ਬਦਲਾਉਂ ਦੇ। ਅੱਛਾ, ਕਹਿੰਦੇ ਬੱਕਰੀ ਦਾ ਦਿਲ ਪਵਾਵਾਂਗੇ। ਅੱਛਾ, ਪੁੱਠੇ ਤਰੀਕੇ ਨਾਲ ਮਾਰਦੇ ਦੀ, ਹਾਂ ਬਕਾਏ ਦੀ ਹੱਥ ਪੰਜੇ ਜਿਹਾ ਨਹੀਂ। ਜਦੋਂ ਡਾਕਟਰ ਲਵੇ ਲੱਗਾ ਉਹ ਚੀਰਨ ਮੈਨੂੰ, ਮੈਨੂੰ ਆਖਿਆ ਮਹਾਂ ਜੇ ਕੰਨ ਤੇ ਮਾਰਿਆ ਤੈਨੂੰ ਚੱਕੇ ਬਾਰੇ ਮਾਰੂ, ਦੌਣਾ ਵਿੱਚ ਦੀ ਕੱਢ ਦੂੰ ਤੇਰੀ ਕਿਪਾ ਬੜੇ ਮੇਰੇ ਦਿਲ ਨੂੰ। ਡਰ ਗਿਆ ਡਾਕਟਰ, ਡਰ ਗਿਆ, ਪੱਤੀਆਂ ਬੋਤਲਾਂ ਬੂਤਲਾਂ ਜੀਆਂ ਹਸਪਤਾਲ ਫੂਕਤਾ। ਸਤਿ ਸ੍ਰੀ ਅਕਾਲ ਦੋਸਤੋ, ਅੱਜ ਅਸੀਂ ਇੱਕ ਨਵੇਂ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਕੌਣ ਬਣੇਗਾ ਕਾਲੀ ਦੁਨੀਆ ਦਾ ਪ੍ਰਧਾਨ? ਤੇ ਪ੍ਰਧਾਨ ਸਾਹਿਬ ਸਾਡੇ ਕੋਲ ਬੈਠੇ ਨੇ। ਬਣੂ ਤਾਂ ਕੌਣ ਬਣੇ, ਤਾਂ ਬੈਠੇ ਆ ਹੁਣ ਬਣ ਕੇ ਪ੍ਰਧਾਨ। ਇੰਟਰੋਡਕਸ਼ਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਸੀਂ ਨੇ ਦੇਖ ਹੀ ਲਿਆ, ਪਛਾਣ ਹੀ ਲਿਆ ਜੀਰੇ ਤੋਂ ਕਿ ਨਹੀਂ ਪ੍ਰਧਾਨ ਜੀ? ਬੈਠਿਆ ਕਾਲ ਕੁਰਸੀ ਤੇ ਸਾਹਮਣੇ। ਲੈ ਜੀ, ਕੁਛ ਕੁ ਬੰਤ ਬੰਤ ਬੰਤਬਾਜ਼ੀ ਦੀ ਦੁਨੀਆ ਦੇ ਅੱਜ ਅਸੀਂ ਕੁਝ ਕੁ ਸਵਾਲ ਪੁੱਛਾਂਗੇ ਇੱਥੇ, ਤੇ ਜਿਹੜੇ ਤੁਹਾਨੂੰ ਨਹੀਂ ਪਤਾ ਅੱਜ ਅਸੀਂ ਕੁਝ ਕੁ ਸਵਾਲਾਂ ਨਾਲ ਸ਼ੁਰੂ ਕਰਾਂਗੇ, ਕਿ ਨਹੀਂ ਬੰਤ ਜੀ? ਇਹ ਜੀ ਅਸੀਂ ਤੁਹਾਨੂੰ ਇੱਕ ਸਵਾਲ ਕਰਾਂਗੇ ਅੱਜ, ਸੱਤ ਤੋਂ ਅੱਠ ਸਵਾਲ ਹੋਣਗੇ, ਇੱਕ ਸਵਾਲ ਦਾ ਤੁਹਾਨੂੰ ਅਸੀਂ 10,000 ਰੁਪਇਆ ਦੇਵਾਂਗੇ, ਇੱਕ ਸਵਾਲ ਦਾ ਜੀ। ਇਹ ਇੱਕ ਤਰ੍ਹਾਂ ਦਾ ਵੀ ਤੁਸੀਂ ਸਹੀ ਜਵਾਬ ਦੇਣਾ, ਪਰ ਸਹੀ ਜਵਾਬ ਦਾ ਤੁਹਾਨੂੰ ਲੈ ਲਓ 10,000 ਰੁਪਇਆ, ਜੇ ਤੁਸੀਂ ਸੱਤਾਂ ਦੇ ਸਹੀ ਦੇ ਤੇ ਤੁਹਾਨੂੰ 70,000 ਰੁਪਇਆ ਹੋ ਗਿਆ। 70,000 ਲਾ, ਮੇਰੀ ਤਾਂ 2 ਮਹੀਨਿਆਂ ਦੀ ਦਾਰੂ ਹੋ ਗਈ। ਹੋ ਗਈ, ਪੁੱਛ ਪੁੱਛ। ਪਹਿਲਾਂ ਆਪਾਂ ਆਡੀਅੰਸ ਨੂੰ ਥੋੜਾ ਇੰਟਰੋਡਕਸ਼ਨ ਕਰਾ ਦਈਏ ਤੁਹਾਡੇ ਬਾਰੇ। ਕੱਠ ਬਹੁਤ ਆ ਭਾਈ, ਕੱਠ ਤਾਂ ਹੀ ਹੁੰਦਾ। ਥੋੜਾ ਆਪਦਾ ਪੱਕਾ ਨਾਮ ਦੱਸੋਗੇ, ਤੁਹਾਡਾ ਕੀ ਨਾਮ? ਮੇਰਾ ਨਾਮ ਤਾਂ ਜੀ ਬੰਤ ਹੈ, ਪਿੰਡ ਮੇਰਾ ਨਮੋਲ ਹੈ ਤੇ ਮਿਰਜ਼ਾਪੁਰ, ਪੱਤੀ ਮੇਰੀ ਮਿਰਜ਼ਾ, ਤਾਂ ਉਹਨੂੰ ਮਿਰਜ਼ਾਪੁਰ ਕਹਿੰਦੇ ਆ ਜੀ। ਤੁਹਾਨੂੰ ਮਿਰਜ਼ਾਪੁਰ ਕਿਉਂ ਕਿਹਾ ਜਾਂਦਾ ਜੀ ਕਾਲੀ ਦੁਨੀਆ ਦਾ, ਪ੍ਰਧਾਨ ਕੀ ਚੱਕਰ ਹੈ? ਹੈਡ ਪ੍ਰਧਾਨ ਆ ਮੈਂ। ਅੱਛਾ ਜੀ, ਵੱਡਾ ਅਫਸਰ ਆ ਉੱਥੇ ਦਾ। ਮੇਨ ਮਤਲਬ ਜਿਵੇਂ ਕਹਿੰਦੇ ਵੀ ਪੰਜਾਬ ਦਾ ਜਿਵੇਂ ਮੁੱਖ ਮੰਤਰੀ ਹੁੰਦਾ। ਹਾਂ, ਮੈਂ ਮੁਲਕ ਦਾ ਮੁੱਖ ਮੰਤਰੀ ਹਾਂ ਉੱਥੇ ਕਾਲੀ ਦੁਨੀਆ ਦਾ। ਕਾਲੀ ਦੁਨੀਆ ਦਾ, ਠੀਕ ਹੈ ਜੀ। ਵੱਡੇ ਵੱਡੇ ਰਾਜੇ ਆਉਂਦੇ ਨੇ, ਪੈਰੀਆਂ ਥਲਾਉਂਦੇ ਨੇ, ਚੜਾਵਾ ਚੜ੍ਹਦਾ ਤੇ ਗੁਲਗੁਲਿਆਂ ਦਾ ਮੱਥਾ ਟੇਕਦਾ। ਅੱਛਾ ਜੀ, ਤੇ ਫਿਰ ਆਪਾਂ ਹੁਣ ਸਵਾਲਾਂ ਤੋਂ ਸ਼ੁਰੂ ਕਰੀਏ। ਹਾਂ ਕਰੋ। ਤੇ ਬੰਤ ਜੀ ਤੁਹਾਡੇ ਲਈ ਆ ਗਿਆ ਪਹਿਲਾ ਸਵਾਲ। ਅੱਛਾ, ਲਓ ਸੁਣੋ ਪਹਿਲਾ ਸਵਾਲ। ਬੰਤ ਨੂੰ ਕਾਲੀ ਦੁਨੀਆ ਦਾ ਪ੍ਰਧਾਨ ਕਿਉਂ ਕਿਹਾ ਗਿਆ? ਅੱਛਾ, ਆਪਸ਼ਨਾਂ ਦਿੰਦਾ ਜੀ ਤੁਹਾਨੂੰ ਮੈਂ ਚਾਰ। ਪਹਿਲੀ ਆਪਸ਼ਨ ਹੈ ਕਾਲੇ ਰੰਗ ਕਰਕੇ, ਦੂਜੀ ਆਪਸ਼ਨ ਹੈ ਕਾਲੇ ਕੱਪੜਿਆਂ ਕਰਕੇ, ਤੀਜੀ ਆਪਸ਼ਨ ਹੈ ਰਾਤ ਨੂੰ ਡਾਕੇ ਮਾਰਨ ਕਰਕੇ, ਚੌਥੀ ਆਪਸ਼ਨ ਹੈ ਹੱਥ 'ਚ ਕਾਲ ਲੈ ਕੇ ਘੁੰਮਣ ਕਰਕੇ। ਇਹ ਤਾਂ ਸਵਾਲ ਪੁੱਛਣ ਵਾਲਾ ਸੀ ਕੋਈ ਬਵਲਿਆ ਹੈ। ਕਾਲ ਘੁੰਮਦਾ ਹੈ ਤਾਂ ਕਾਲੀ ਦੁਨੀਆ ਦਾ ਪ੍ਰਧਾਨ ਕਹਿੰਦੇ ਨੇ, ਕਾਲ ਤਾਂ ਤੇਰੇ ਸਾਹਮਣੇ ਬੈਠਾ। ਚੌਥੀ ਆਪਸ਼ਨ ਸਹੀ ਹੈ ਜੀ, ਜਮਾ ਸਹੀ ਹੈ, ਜਿੱਥੇ ਮਰਜ਼ੀ ਮੌਤ ਨੇ ਤਾਂ ਜਾ ਇਹੋ ਜਿਹਾ ਬੰਦਾ ਮੈਂ। ਹਾਏ ਹਾਏ, ਹਾਂ ਲੋਕ ਕਰ ਦਈਏ, ਕਰ ਦੇ। ਲਓ ਜੀ, ਚੌਥੀ ਆਪਸ਼ਨ ਨੂੰ ਲੋਕ ਕਰ ਦਿੱਤਾ ਜਾਵੇ। ਲੋਕ ਗਾਹ ਤੋਂ ਕਰਦੇ ਇਹ? ਹਾਂ, ਉੱਪਰ ਟੀਮ ਬੈਠੀ ਹੈ ਜੀ। ਇਹ ਲਓ ਜੀ, ਤੁਹਾਡਾ ਜਵਾਬ ਸਹੀ ਨਿਕਲਿਆ। ਇਹ ਟੀਮ ਹੈ ਜੀ ਆਪਣੀ ਪਿੱਛੇ ਆਫਿਸ 'ਚ ਬਹਿੰਦੀ ਹੁੰਦੀ ਹੈ। ਹਾਂਜੀ ਹਾਂ, ਬੈਠਕ 'ਚ ਬੈਠੀ ਹੈ ਉੱਧਰ। ਤੁਹਾਡੇ ਖਾਤੇ 10,000 ਬਣ ਗਿਆ ਜੀ, ਤੁਹਾਡਾ ਸਵਾਲ ਸਹੀ ਹੈ। ਲੈ ਫੜਾਓ, ਇਕੱਠਾ ਹੋਊਗਾ ਜੀ। ਅੱਛਾ, ਇਕੱਠੇ ਹੋਊਗਾ ਪਹਿਲਾਂ। ਚਲੋ ਜੀ, ਆਪਾਂ ਅੱਗੇ ਹੁਣ ਦੂਜੇ ਸਵਾਲ ਕਿਹੜੀ ਵੱਧਦੇ ਹਾਂ। ਅੱਛਾ, ਤੇ ਦੂਜਾ ਸਵਾਲ ਹੈ ਜੀ, ਬੰਤ ਪ੍ਰਧਾਨ ਨੇ ਹੁਣ ਤੱਕ ਕੀ ਲੁੱਟਿਆ? ਆਪਸ਼ਨਾਂ ਨੇ ਜੀ, ਬੈਂਕਾਂ ਲੁੱਟੀਆਂ, ਦੂਜੀ ਆਪਸ਼ਨ ਹੈ ਡਾਕਖਾਨੇ ਲੁੱਟੇ, ਤੀਜੀ ਆਪਸ਼ਨ ਹੈ ਫੈਕਟਰੀਆਂ ਲੁੱਟੀਆਂ, ਚੌਥੀ ਆਪਸ਼ਨ ਹੈ ਖੇਤੀਬਾੜੀ ਵਾਲੀ ਸੁਸਾਇਟੀ ਲੁੱਟੀ। ਸੁਸਾਇਟੀ ਲੁੱਟੀ ਆ, ਖੇਤੀਬਾੜੀ ਵਾਲੀ? ਬੈਂਕਾਂ ਨਹੀਂ ਲੁੱਟੀਆਂ? ਨਾ ਨਾ ਨਾ, ਬੈਂਕਾਂ 'ਚ ਨਹੀਂ ਪੰਗਾ ਲਿਆ ਆਪਾਂ ਕਦੇ। ਕੋਈ ਕਿਸੇ ਦਾ ਘਰ ਫੈਕਟਰੀ ਨਹੀਂ ਲੁੱਟੀ? ਨਾ 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 ਜੀ ਨਾ। ਫਿਰ ਸੁਸਾਇਟੀ 'ਚੋਂ ਕੀ ਚੱਕ ਲਿਆ ਜਾਵੇ? ਸੁਸਾਇਟੀ ਤੋਂ ਖਲ ਚੱਕ ਲਿਆ ਜੀ, ਨਾਲੇ ਖੰਡ ਡੰਗਰ ਰੱਖੇ ਹੋਏ ਜੀ ਮੇਰੇ ਲੱਭੇ ਉਦੋਂ। ਅੱਛਾ, ਹਾਂ ਖਲ ਚੱਕ ਲਿਆ ਜੀ।
ਅੱਛਾ ਮਤਲਬ ਉਹ ਪੈਸੇ ਪੂਸੇ ਦਾ ਡਾਕਾ ਨਹੀਂ ਮਾਰਿਆ? ਨਾ ਜੀ ਨਾ, ਪੈਸੇ ਵਾਲੀ ਬੇਈਮਾਨੀ ਨਹੀਂ, ਨਾ ਪੈਸੇ ਦਾ ਕੋਈ ਬੇਈਮਾਨਾ ਨਹੀਂ, ਕੋਈ ਕਾਇ ਨਹੀਂ ਛੱਡ। ਠੀਕ ਹੈ ਜੀ, ਹਾਂ ਸਹੀ ਹੈ। ਤੇ ਚੌਥੀ ਆਪਸ਼ਨ ਨੂੰ ਲੌਕ ਕਰ ਦਿੱਤਾ ਜਾਵੇ? ਕਰ ਦੋ। ਲਓ ਜੀ ਤੁਹਾਡਾ ਦੂਜਾ ਜਵਾਬ ਵੀ ਸਹੀ। ਹੋ ਗਿਆ ਜੀ, ਹੋ ਗਿਆ। ਹੁਣ ਤੁਹਾਨੂੰ ਆਪਾਂ ਅੱਗੇ ਤੀਜਾ ਸਵਾਲ ਕਿਹੜੀ ਵੱਧਦੇ ਆਪਾਂ। ਤੀਜਾ ਸਵਾਲ ਹੈ ਜੀ ਅੱਗੇ, ਬੰਤ ਦਾ ਇੱਕ ਮਹੀਨੇ ਦਾ ਕਿੰਨਾ ਖਰਚਾ ਹੈ? ਪਹਿਲੀ ਆਪਸ਼ਨ ਹੈ ਜੀ 10,000, ਦੂਜੀ ਆਪਸ਼ਨ ਹੈ 40,000, ਤੀਜੀ ਆਪਸ਼ਨ ਹੈ 60,000, ਚੌਥੀ ਆਪਸ਼ਨ ਹੈ 5,00,000। ਲੱਖਾਂ ਲੁੱਖਾਂ ਦਾ, ਹਜ਼ਾਰਾਂ ਦਾ ਕੰਮ ਕਰਨ, ਕਰੋੜਾਂ ਦਾ ਕੰਮ ਹੈ। ਮਤਲਬ ਸਾਡੀਆਂ ਆਪਸ਼ਨਾਂ ਚੋਂ ਬਾਹਰ ਹੋ ਗਿਆ? ਬਾਹਰ ਹੈ ਜੀ, ਆਪਸ਼ਨ ਤੋਂ ਤੁਹਾਡੀ ਤੋਂ। ਕਿਵੇਂ ਫਿਰ ਦੱਸੋਗੇ ਤੁਹਾਨੂੰ? 1,00,000 ਇੱਕ ਮਹੀਨੇ ਦਾ ਖਰਚਾ ਮੇਰਾ, ਲੁਧਿਆਣੇ ਮੇਰੇ ਨਾਲ ਤਾਂ ਰਹਿੰਦਾ ਹੁੰਦਾ ਜੀ। ਅੱਛਾ ਜੀ, ਹੋਰ ਉਹਦਾ ਖਰਚਾ ਸਾਰਾ ਘੰਟੇ ਘੰਟੇ ਬਾਅਦ ਟਕਾਣੇ ਬਦਲਦਾ ਸੀ, ਕਦੇ ਕਿੱਥੇ ਕੋਠੀ ਲੈ ਕੇ ਦਿੰਦਾ ਕਿਰਾਏ 'ਤੇ, ਕਦੇ ਕਿੱਥੇ। ਹੁਣ ਉਧਾਰ ਤੈਨੂੰ ਪਤਾ ਕੌਣ ਦਿੰਦਾ ਭਾਈ? ਹਾਂ ਜੀ, ਹੈ। ਫਿਰ ਉਹਦੇ ਬਰਥਡੇ ਹੁੰਦੇ ਜਨਮ ਦਿਨ ਉਹਦਾ, ਜਨਮ ਉਹਦੇ, ਫਿਰ ਉਹਦੇ ਕੇਕ 'ਤੇ ਪੈਸੇ ਮੈਂ ਖਰਚਨੇ, ਆਇਆ ਐਤਵਾਰ ਨੂੰ। ਫਿਰ ਲਗੇ ਨਾ ਆਪ ਕਿਉਂ ਨਹੀਂ ਲਾਉਂਦਾ ਜੀ? ਆਪ ਨੰਗਤੀ ਉਹਦੇ ਕੋਲ ਕੀਤੀ ਜਾ ਰਿਹਾ। ਅੱਛਾ ਜੀ, ਕੇਕ ਤੁਸੀਂ ਕਰਦੇ ਤੇ ਹੋਰ ਅੱਗੇ ਹੋਰ ਕੁਝ ਜੀ? ਹੋਰ ਮੁਜਰਾ ਕਰਾਉਂਦੇ ਤੀ, ਐਤਵਾਰ ਨੂੰ ਆਇਆ, ਐਤਵਾਰ ਮੁਜਰਾ ਹੁੰਦਾ ਤੀ, ਉਹਦਾ ਖਰਚਾ ਮੈਂ ਕਰਦਾ। ਆਹ ਗੱਲਾਂ ਨੇ ਮਾਰ ਲਿਆ ਜੀ ਫਿਰ। ਹਾਂ ਤੈਨੂੰ ਹੈ ਨਹੀਂ ਤੂੰ ਬੰਦਾ ਕੰਮ ਦਾ ਆਪਣੇ ਨਾਲ ਤਾਂ। ਉਦੋਂ ਬਾਅਦ ਮੁੱਖ ਜਿਹਾ ਮੋੜ ਗਿਆ, ਥੁੱਕ ਤਾਂ ਅਮਰੀਕਾ ਨੇ ਆਪਾਂ ਹੱਥ ਚੱਕ ਲਿਆ ਤੂੰ। ਅੱਛਾ ਜੀ, ਮਰ ਗਿਆ ਫਿਰ ਜਾਇਜ਼। ਇਹ ਪਰ ਤੁਸੀਂ ਜਦੋਂ ਕਹਿੰਦੇ ਹੁੰਦੇ ਵੀ ਲਦੇਣ ਨੂੰ ਮਾਰਿਆ, ਕਹਿੰਦੇ ਤੁਸੀਂ ਅੱਖੀਂ ਦੇਖਿਆ ਹੋ ਜੀ? ਅੱਖੀਂ ਦੇਖਿਆ ਮੈਂ, ਉਹ ਭਾਣਾ ਬਰ ਪੜਿਆ ਮੇਰੇ, ਮੈਂ ਪਿਆ ਮੱਛ ਵਰਗਾ ਮੇਰੇ ਛੰਬਲੇ ਮਾਰ ਕੇ ਪਾਇਆ, ਜਦੋਂ ਮੈਂ ਗਿਆ ਕੰਧਾਂ ਰਵਾਤੀਆਂ ਤੀ, ਉਹਦੇ ਮੈਂ ਜਦੋਂ ਰੋਇਆ ਦੇਖ ਕੇ, ਇਕੱਠੇ ਰਿਹਾ ਚੱਲ ਉਹ ਗੱਲ ਵੱਖ। ਚਲੋ ਹਿਸਾਬ ਕਿਤਾਬ ਅੱਡ ਹੁੰਦੇ ਨੇ, ਗਿੱਲੇ ਸ਼ਿਕਵੇ ਤਾਂ ਬਾਅਦ ਚ ਨਿਕਲ ਹੀ ਜਾਂਦੇ ਨੇ। ਜਾਲੀ ਬਣਾ ਤੀ ਉਹਦੀ ਛਾਤੀ ਦੀ, ਮਾਰ ਮਾਰ ਗੋਲੀਆਂ ਵੱਜੀਆਂ ਨੇ, ਅਮਰੀਕਾ ਨੇ ਠੋਕਿਆ। ਹਾਂ ਜੀ ਹਾਂ, ਸੁਣਿਆ ਇਹ ਖਬਰਾਂ 'ਚ ਵੀ, ਮੇਰੇ ਮੰਗਣ ਵੀ ਆਈ ਸੀ ਅਮਰੀਕਾ ਮਖਾਨਾ। ਇਹ ਗੱਲ ਫਿਰ ਤੁਸੀਂ ਛੱਡ ਕੇ ਭੱਜ ਗਏ ਤੇ? ਉਦੋਂ ਉਹਨਾਂ ਨੂੰ ਕਿਹੜਾ ਕਹਿਤਾ ਸੀ, ਮਹਾਂ ਦੇਖੋ ਇੱਕ ਕਦਮ ਚੱਕ ਲਿਆ ਦੂਜਾ ਨਾ ਚੱਕ ਲਿਓ, ਤੁਹਾਡਾ ਅਮਰੀਕਾ 'ਚ 100 ਸਾਲ ਨਹੀਂ ਕੁਛ ਹੋਣਾ ਜੇ ਮੈਂ ਇਹੋ ਜਿਹਾ ਫੈਰ ਮਾਰਿਆ। ਕਿੱਲ ਦੇਣ ਨਾਲ ਦੂਜਾ ਉੱਤੋਂ ਦੀ ਆਵੇ, ਦੁੱਗਣਾ ਦੁੱਗਣਾ ਫਿਰ ਤੇ ਕਹਿੰਦੇ ਉਹ ਮੁੜ ਗਏ। ਫਿਰ ਤੁਹਾਡੇ 'ਤੇ ਕੋਈ ਕੇਸ, ਕੋਈ ਪੁਲਿਸ ਨਹੀਂ, ਕਿਸੇ ਨੇ ਤੰਗ ਨਹੀਂ ਕਰਿਆ ਜੀ? ਪਰਚੇ ਪੁਰਚੇ ਤਾਂ ਕੋਈ ਚੱਕਰ ਹੀ ਨਹੀਂ। ਅੱਛਾ ਜੀ, ਚਲੋ ਫਿਰ ਇਹ ਤਾਂ ਬਾਹਰ ਹੋ ਗਿਆ, ਉਤਲੇ ਲੈਵਲ ਦੀ ਗੱਲ ਹੋ ਗਈ ਜੀ, ਤਾਂ ਆਪਾਂ ਛੱਡੇ ਦਿੰਦੇ ਤੀਜੇ ਨੰਬਰ ਵਾਲਾ, ਇਹ ਤਾਂ ਆਪਾਂ ਹੋਰ ਪੁੱਛਣਾ। ਚੱਲ ਪੈਸੇ ਤਾਂ ਦਿਓ ਮੈਨੂੰ, ਖੈਰ ਚਲੋ ਕਰ ਦੂ ਜੀ ਟੀਮ ਆਪ। ਹੁਣ ਚੌਥਾ ਸਵਾਲ ਪੁੱਛੀਏ ਜੀ। ਲਓ ਜੀ ਹੁਣ ਚੌਥੇ ਸਵਾਲ ਵੱਲ ਵੱਧਦੇ ਹਾਂਗੇ ਆਪਾਂ। ਬੰਤ ਦੀ ਪਤਨੀ ਪ੍ਰੀਤੋ ਨੇ ਬੰਤ ਨੂੰ ਕਿਉਂ ਛੱਡਿਆ? ਕੀ ਹੋ ਗਿਆ ਜੀ? ਜਵਾਕਾਂ ਦਾ ਲਾਉਣ ਲੈਤਾ ਗਾੜੇ, ਆਧਾਰ ਕਾਰਡ ਵਾਲਿਆਂ ਦਾ ਲਿਆ ਤਾ ਉਹਦਾ। ਸਵਾਲ ਕੰਪਨੀ ਵੱਲੋਂ ਆਇਆ ਜੀ, ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ। ਕਹਿ ਦੋ ਬਹੂ, ਕਹਿ ਦੋ ਮੇਰੀ। ਮਾਫ ਕਰਨਾ ਜੀ, ਵੈਸੇ ਕੀ ਗੱਲ ਹੋ ਗਈ, ਪੁੱਛ ਸਕਦਾ ਜੀ? ਕੀ ਹੋ ਗਿਆ ਤੀਗਾ ਜੀ? ਬਸ ਉੱਥੋਂ ਦਾ ਮੈਂ ਆਪਸ਼ਨਾਂ ਦੇਵਾਂ ਜੀ, ਜੇ ਸਵਾਲ ਦਾ ਜਵਾਬ ਦੇ ਦਿਓ। ਹੁਣ ਤਾਂ ਛੇਤੀ ਨੂੰ ਮਿਲ ਹੋਏ ਤਾਂ ਜਵਾਬ। ਇਹ ਪਹਿਲੀ ਆਪਸ਼ਨ ਹੈ ਜੀ, ਕੰਮਕਾਰ ਨਹੀਂ ਕਰਦਾ ਸੀ। ਦੂਜੀ ਆਪਸ਼ਨ ਹੈ ਗਲਤ ਹਰਕਤਾਂ ਕਰਦਾ ਸੀ। ਤੀਜੀ ਆਪਸ਼ਨ ਹੈ ਕੁੱਟਮਾਰ ਕਰਦਾ ਸੀ। ਚੌਥੀ ਆਪਸ਼ਨ ਹੈ ਮਲੰਗ ਸੀ। ਕੰਮ ਕਹਿੰਦਾ ਮਲੰਗ ਜੀ, ਰਾਜਾ ਮੈਂ ਕਾਢੇ ਨੇ ਤੇਰੀ ਕੰਪਨੀ ਵਾਲੇ, ਜਿਹੜਾ ਮਲੰਗ ਕਹਿੰਦੇ ਨੇ ਇੱਥੇ ਲਿਖਿਆ ਮਲੰਗ। ਕਾਰਨ ਕੀ ਹੋ ਗਿਆ ਤੀ ਜੀ? ਕਾਰਨ ਤਾਂ ਕੁੱਟੀ ਆ ਮੈਂ, 2-3 ਵਾਰੀ ਰੋਟੀ ਨਹੀਂ ਦਿੰਦੀ ਤੀ ਮੈਂ, ਪੈਸਾ ਦੀ ਮਸ਼ੀਨ ਤੇ ਪੈਸਾ ਕਮਾ ਕਮਾ ਲਿਆ ਕੇ ਦਿੰਦਾ ਤੀ ਮੈਂ, ਮੈਂ ਤਾਂ ਕਾਲੇ ਬਲਦ ਵਾਂਗੂ ਕੰਮ ਕਰਿਆ। ਅੱਛਾ ਜੀ, ਹਾਂ ਮੈਨੂੰ ਹੁਣ ਮਲੰਗ ਕਹੂੰ ਜੀ? ਉਹ ਸਾਰਾ ਕੁਝ ਤੁਸੀਂ ਜੋੜ ਕੇ ਦਿੱਤਾ ਨਾਲੇ, ਤੁਸੀਂ ਦਿੱਤਾ ਜੋੜ ਕੇ ਰਾਣੀ ਬਣਾ ਦਿੱਤੀ। ਫਿਰ ਗਈ ਕਿਉਂ? ਛਾਉਣੇ ਦਾ ਘਰ ਲਵਾਤਾ ਤੀ ਬੇੜੇ 'ਚ। ਆਏ ਹਾਏ, ਫਿਰ ਗਈ ਕਿਉਂ ਜੀ? ਬੱਚੇ ਜਦੋਂ ਕਿਛ ਮਤ ਮਾਰੀ ਹੋਵੇ ਉਹ ਪਰਮਾਤਮਾ, ਜਦੋਂ ਕਹਿੰਦੇ ਬੰਦੇ ਦੀ ਮਤ ਮਾਰੀ, ਹਾਂ ਵੀ ਬਣਿਆ ਬਣਾਇਆ ਘਰ ਛੱਡ ਕੇ ਜਾੜਾ ਕਰ ਗਈ ਜਾੜਾ। ਆਪਾਂ ਦਾ ਕਹਿਣਾ ਬਚੇ ਨਾ, ਜਿੱਥੇ ਗਈ ਆ ਬਚੇ ਨਾ, ਹੇ ਪਰਮਾਤਮਾ ਬਚੇ। ਚਲੋ ਕਰ, ਜਿਵੇਂ ਮੇਰੀ ਅੰਦਰਾ ਤੜਫਾਈਆਂ ਨੇ। ਜੇ ਹੁਣ ਤੁਸੀਂ ਦੁਬਾਰੇ ਲੈ ਕੇ ਆਉਣਾ ਚਾਹੁੰਦੇ ਹੋਵੋਗੇ, ਲਿਆਉਂਗੇ ਜ਼ਿੰਦਗੀ 'ਚ? ਹੁਣ ਨਹੀਂ,
ਅੱਛਾ ਜੀ, ਇੰਨਾ ਗੁੱਸਾ ਹੋ ਗਿਆ ਮਤਲਬ। ਹੁਣ ਤਾਂ ਬਸ ਮੈਂ ਹੋਰ ਕਰਾਊਂਗਾ ਵਿਆਹ। ਹੋਰ ਆ ਜਾਣ ਕੇ ਜਵਾਕ ਮੈਨੂੰ ਕਹਿੰਦਾ। ਲੜਾਈ ਹੋਈ ਕਿੱਦਣ ਜੀ ਤੁਹਾਡੀ? ਬਛੜੀ ਆ ਪੱਕਿਆ ਤੀ ਉਹਦੇ, ਗੁਲਗਲੇ ਜੇ ਲਾਏ ਤੀ ਉਹਦੇ, ਹੋਈ ਆ ਲੜਾਈ। ਬਛੜੀਆ ਤਾਂ ਮੱਥਾ ਵੀ ਨਹੀਂ ਟੇਕ ਕੇ ਗਈ, ਮੈਂ ਆਪ ਟੇਕ ਕੇ ਆਇਆ। ਚਲੋ ਆਪਾਂ ਸਵਾਲ ਨੂੰ ਛੱਡਦੇ ਜੀ, ਆਪਾਂ ਅੱਗੇ ਵਧਦੇ, ਕਾਹਦੇ ਵਾਸਤੇ ਆਪਾਂ ਪੁਰਾਣੇ ਦਰਦਾਂ ਨੂੰ ਛੇੜਨਾ ਹੈਗਾ, ਫਾਇਦਾ ਵੀ ਨਹੀਂ। ਲੈ ਚਲੋ ਆਪਾਂ ਅਗਲੇ ਪੰਜਵੇਂ ਸਵਾਲ ਵੱਲ ਵੱਧਦੇ ਹਾਂ ਜੀ। ਬੰਤ ਜਵਾਨੀ ਪੈਰੇ ਕਿਹੋ ਜਿਹੇ ਗਾਣੇ ਲਿਖਦਾ ਸੀ? ਆਪਸ਼ਨਾਂ ਨੇ ਜੀ, ਹੁਣ ਆਪਾਂ ਅੱਗੇ ਦੱਸਦੇ ਤੁਹਾਨੂੰ ਆਪਸ਼ਨਾਂ। ਕਵਾਲੀਆਂ, ਆਪਸ਼ਨ ਨੰਬਰ ਦੂਜੇ ਭੱਲੀ ਵਿਛਾਊ ਗਾਣੇ, ਤੀਜਾ ਰੋਮੈਂਟਿਕ ਗਾਣੇ, ਚੌਥਾ ਅਸਲੇ ਦੇ ਗਾਣੇ। ਕਾਲੂ ਇਹ ਤਾਂ ਗਾਣੇ ਨਹੀਂ ਲਿਖੇ, ਸਾਡੇ ਤਾਂ ਗਾਣੇ ਹੋਰ ਨੇ ਲਿਖੇ ਨੇ, ਮਤਲਬ ਗਾਣੇ। ਹਾਂ ਇਹ ਗਾਣੇ ਨਹੀਂ ਲਿਖੇ ਮੈਂ। ਜੇ ਮੇਰਾ ਵਾਲਾ ਗਾਣਾ ਸੁਣਾ ਤਾ ਤੈਨੂੰ ਅੱਜ ਤੋਂ 40 ਸਾਲਾਂ ਬਾਅਦ ਸਮਝ ਆਊ ਵੀ ਕੀ ਲਿਖਿਆ ਸੀ ਉਹ, ਪਤਾ ਨਹੀਂ ਇਹੋ ਜਿਹਾ ਕੀ ਲਿਖਤਾ ਜੀ ਤੁਸੀਂ? ਸੁਣਾਵਾਂ ਤੈਨੂੰ, ਡੂੰਘੇ ਸ਼ਬਦ ਲਿਖੇ ਨੇ, ਵਾਲੇ ਡੂੰਘੇ ਲਿਖੇ ਹੋਏ। ਮਾੜਾ ਜਿਹਾ ਸੁਣਾਓ ਜੀ, ਸਾਰੇ ਲੋਕ ਸੁਣਨਾ ਚਾਹੁੰਦੇ ਨੇ। ਪਾਣੀ ਤਾਂ ਨਹੀਂ ਪੀਣਾ? ਨਿੱਘਾ ਪਾਣੀ? ਚਲੋ ਜੀ, ਇਹ ਗਾਣੇ ਲਿਖੇ ਹੋਏ ਨੇ ਸਾਡੇ, ਇਹ 'ਚ ਕਿਤੇ ਸ਼ਬਦ ਤਾਂ ਹੈ ਨਹੀਂ ਜੀ। ਚੱਲ ਗਾਣਾ ਇਹ ਕੋਈ ਸਮਝ ਤਾਂ ਲੱਗੀ ਨਹੀਂ, ਕੂਕਾਂ ਮਾਰੀਆਂ ਨੇ ਤੁਸੀਂ? ਕੂਕਾਂ ਕਾਹਨੂੰ ਮਾਰੀਆਂ ਨੇ? ਇਹਦੇ ਫਿਰ ਵਿੱਚ ਮਤਲਬ ਸਮਝ ਕੀ, ਸਮਝੀਏ ਕੀ ਅਸੀਂ ਇਹਦੇ 'ਚ? 40 ਸਾਲਾਂ ਨੂੰ ਸਮਝ ਆਊ ਤੈਨੂੰ? ਇਹ ਨੈੱਟ 'ਤੇ ਕੱਢਣਾ ਹੋਵੇ ਕੀ ਭਰੀਏ ਜੀ? ਇਹ ਨਹੀਂ ਕੁਛ ਭਰ ਕੇ ਨਿਕਲਦਾ, ਇਹ ਤਾਂ ਕੋਈ ਜਵਾਕ ਕਰਵਾ ਦੀ ਲੱਭੇ ਫਿਰ ਨਿਕਲੂ ਵਿੱਚ ਰਿਕਾਰਡਿੰਗ 'ਚ। ਹਾਂ ਰਿਕਾਰਡਿੰਗ 'ਚ ਜਵਾਕ ਕਰਵਾ, ਇਹ ਮਤਲਬ ਕਿ ਗੂੜੇ ਸ਼ਬਦ ਇਹ ਜਿਹੜੇ ਜਵਾਕ ਕਰਵਾ ਕੇ ਮਾ ਕਰ ਕੇ ਜੀ ਬੰਤ ਪ੍ਰਧਾਨ ਸੌਂਗ। ਠੀਕ ਹੈ, ਹਾਂ ਆਪੇ ਨਿਕਲੇ। ਇਹ ਮਤਲਬ ਕਿ ਵੀ ਐ ਵੀ ਅੱਜ ਤੋਂ ਸਾਨੂੰ 50 ਸਾਲ ਬਾਅਦ ਸਮਝ ਆਊਗੀ? ਹਾਂ ਐਡਾ ਡੂੰਗਾ ਸ਼ਾਇਦ ਟੱਪ ਜੇ 2-4 ਸਾਲ ਹੋਰ ਉੱਤੇ ਹੋ ਜਾ। ਠੀਕ ਹੈ ਜੀ, ਇਹ ਮਤਲਬ ਉਦੋਂ ਆ ਗਾਣੇ ਹੋਣਗੇ ਬੰਤ ਨੇ, ਪਰ ਅੱਜ ਲਿਖਤਾ 2024 ਚ ਹੈ 50 ਸਾਲ ਉਦੋਂ 2075 ਤੱਕ ਇਹ ਇਹੋ ਜਿਹਾ ਗੀਤ ਨਹੀਂ ਆਊਗਾ ਕੋਈ? ਨਾ ਜੀ ਨਾ, ਕਿ ਨਹੀਂ ਨਹੀਂ ਜਮਨ ਆ ਗਾਇਕੀ ਆ ਗਾਇਕੀ ਆਪਣੇ ਨੂੰ ਕਿਸੇ ਨੂੰ ਆਉਂਦੀ ਨਹੀਂ। ਇਹ ਵਿਰਸੀ ਨਹੀਂ ਪਤਾ ਕਿਸੇ ਨੂੰ ਕੀ ਹੈ, ਪਤੀ ਨਹੀਂ। ਹਾਂ ਹੁਣ ਤਾਂ ਕਿਸੇ ਦੀ ਟੰਗ ਫੜ ਲਈ, ਕਿਸੇ ਦੀ ਬਾਹ ਫੜ ਲਈ, ਗੁਡਾਥਾ ਤੇਰੇ ਭਾਈ ਨੂੰ ਮਾਰ ਦੂੰ। ਇਹ ਤਾਂ ਲੰਘਿਆ, ਇਹ ਤਾਂ ਗੱਲਾਂ ਹੋ ਗਈਆਂ, ਵੱਡੀ ਚਾੜ ਤੂੰ ਤੁਹਾਡੇ ਤੇ। ਇਹ ਤਾਂ ਗੱਲਾਂ ਹੋ, ਬੰਤ ਕਾਪੀ ਉਹ ਚੀਜ਼ ਕਰਦਾ ਨਹੀਂ ਵੀ ਹਾਂ ਵੀ ਕਿਸੇ ਤੋਂ ਦੇਖ ਕੇ ਲਿਖਦਾ ਨਾ, ਕਿਸੇ ਧੀ ਭਾਈ ਨੂੰ ਇਹ ਗਾਣੇ 'ਚ ਕੁਛ ਕਹਿ। ਹਾਂ ਨਾ ਜਮੀ, ਪਰ ਉਹ ਜੇ ਮਤਲਬ ਤੁਹਾਡੇ ਸ਼ਬਦਾਂ ਤੁਸੀਂ ਨੇ ਲਿਖਿਆ ਇਹ ਗੀਤ, ਵੀ ਇਹ ਗੱਲ ਹੋ ਕੀ ਚੀਜ਼ ਦੀ ਰਹੀ? ਤਾਂ ਦਰਦ ਦਾ ਪੂਰਾ। ਅੱਛਾ, ਪੂਰਾ ਦਰਦ ਰੋ ਭਰਿਆ ਹੋਇਆ ਗੀਤ, ਦਰਦ ਮੈਂ ਰੋ ਕੇ ਲਿਖ ਜਿੱਦੇ ਪਰੀ ਤੋਂ ਵੀ ਇਹ ਬੰਦੇ ਦਾ ਚਲੋ ਦਿਲ ਟੁੱਟੇ ਵੀ ਇਹ ਉਦੋਂ ਜਿੱਦੇ ਮੇਰਾ ਤਲਾਕ ਹੋਇਆ। ਹਾਂ ਮੈਂ ਰੋਲਦਾ ਸੀ ਉਹਦੇ ਗਲੀਆਂ 'ਚ, ਰੋਲਦਾ ਸੀ ਉਦਾਂ ਹੀ ਲਿਖਿਆ ਸੀ ਬੈਠ ਕੇ ਪਰੀ 'ਤੇ ਬੈਠ ਕੇ ਲਿਖਿਆ ਸੀ। ਅੱਛਾ, ਲਵੇ ਡੱਡੂ ਬੋਲਣ ਮੇਰੇ ਮੈਂ ਲਿਖੇ। ਅੱਛਾ ਹਾਂ ਠੀਕ ਹੈ, ਇਹ ਜਿਹਾ ਛਾਉਂਗਾ ਲਿਖ। ਹਾਂ ਫਿਰ ਦਰਦ ਵੀ ਮਤਲਬ ਕਿ ਉਹ ਦਰਦ ਹੈ ਵੀ ਜਦੋਂ ਕੋਈ ਕਿਸੇ ਨੂੰ ਛੱਡ ਜੇ, ਧੋਖਾ ਮਿਲ ਜੇ ਬੰਦੇ ਨੂੰ, ਉਹ ਦਰਦ ਹੈ ਚ? ਵਾਹ ਜੀ ਵਾਹ। ਚਲੋ ਆਪਾਂ ਛੇਵੇਂ ਸਵਾਲ ਵੱਲ ਵੱਧਦੇ ਹਾਂ ਜੀ। ਹਾਂ ਛੇਵਾਂ ਸਵਾਲ ਹੈ, ਗੁੰਡਾਗਰਦੀ ਕਰਦੇ ਸਮੇਂ ਬੰਤ ਦੇ ਕਦੇ ਕੁੱਟਮਾਰ ਹੋਈ ਹੈ? ਆਪਸ਼ਨਾਂ ਨੇ ਜੀ, ਹਾਂ ਵੀ ਮਤਲਬ ਕਿ ਵੀ ਕਿੱਥੇ ਕਿੱਥੇ ਕੁੱਟਮਾਰ ਕੀ ਹੋਈ ਹੈ, ਆਪਸ਼ਨਾਂ ਨੇ ਹੁਣ। ਪਹਿਲੀ ਆਪਸ਼ਨ ਹੈ ਗੋਲੀ ਵੱਜੀ ਹੋਵੇ। ਅੱਛਾ, ਦੂਜੀ ਆਪਸ਼ਨ ਹੈ ਖੌਂਸੜੇ ਖਾਧੇ ਹੋਣ, ਤੀਜੀ ਆਪਸ਼ਨ ਹੈ ਬੁੜੀਆਂ ਨੇ ਕੁੱਟਿਆ ਹੋਵੇ, ਚੌਥੀ ਆਪਸ਼ਨ ਹੈ ਪੁਲਿਸ ਨੇ ਕੁੱਟਿਆ ਹੋਵੇ। ਕੁੱਟਿਆ ਤਾਂ ਪੁਲਿਸ ਨਹੀਂ ਆ, ਸਿਰ ਕੁੱਟਤਾ ਤੇ ਮੇਰਾ ਮੇਰੇ ਮਾਲਾ ਡਿੱਗਣ ਲੱਗ ਗਿਆ ਸੀ ਅੰਦਰ। ਕਾਹਦੇ, ਕਿਹੜੇ ਕੇਸ 'ਚ ਚੱਕ ਲਈ ਤੀ? ਫੜ ਲਏ ਸੀ ਮਾੜਾ ਜਿਹਾ, ਜਬਾਨੀ ਪੈ ਰਹੇ ਆ ਤਾਂ ਉਦੋਂ ਗੁੰਡਾਗਰਦੀ ਜੀ ਕਰਦਾ, ਸਿੱਖਿਆ ਸਿੱਖਿਆ ਜਾ ਤੀ ਉਦੋਂ ਮੈਂ। ਅੱਛਾ, ਗੁੰਡਾਗਰਦੀ। ਹਾਂ ਉਦੋਂ ਕਿਤੇ ਫਸ ਗਏ, ਬਚਣ ਨਾ ਭੇਤ ਹੈ ਨਹੀਂ ਤੀ। ਕਿਹੜੇ ਕੇਸ 'ਚ ਫਸ ਗਏ ਜੀ? ਉਹੀ ਮੰਡੀਰ 'ਚ। ਅੱਛਾ ਜੀ, ਹਾਂ
ਗੇੜੀਆਂ ਦੰਦੇ ਤੀ ਥਾਰ ਚ ਨਵੀਂ ਆਈ ਤੀ ਥਾਰ ਨਵੀਂ ਨਵੀਂ ਆਈ ਹਾਂਜੀ ਉਹਦੀ ਛੱਤ ਖੁੱਲਦੀ ਤੀ ਤਾਂ ਤੂੰ ਛੱਤ ਖੁੱਲ ਕੇ ਮੈਂ ਘੜੀ ਖੜਾ ਵਿੱਚ ਦੀ ਮੈਨੂੰ ਉੱਥੇ ਹੱਥ ਦਿੱਤਾ ਸਾਨੂੰ ਕਹਿੰਦੇ ਖੜਾਓ ਗੱਡੀ ਲਾ ਲਿਆ ਥੱਲੇ ਬੱਚ ਮੈਂ ਦੋ ਕਰੇ ਹੋਏ ਤੀ ਉਹਨਾਂ ਨੇ ਚਾਰ ਮਾਰੇ ਤਾਲੂ ਵਿੱਚ ਕੁੰਡ ਮੋੜ ਤੇ ਮੇਰੇ ਫਿਰ ਚੱਕਿਆ ਹਸਪਤਾਲ ਚ ਲੈ ਗਏ ਹਸਪਤਾਲ ਚ ਲੈ ਕੇ ਚੱਕ ਕੇ ਦਾਖਲ ਰੱਖਿਆ ਕਈ ਦਿਨ ਤਾਂ ਦਿਮਾਗ ਨਹੀਂ ਪਰ ਉੱਥੇ ਗੁੰਡਾ ਕਰਦੀ ਕਿਉਂ ਨਾ ਦਿਖਾਈ ਜੀ ਦਿਮਾਗ ਹੱਲ ਗਿਆ ਸੀ ਮੇਰਾ ਮੈਂ ਕਿਹਾ ਗੁੰਡਾ ਕਰਦੀ ਕਿਉਂ ਨਾ ਦਿਖਾਈ ਦਿਮਾਗ ਉਦੋਂ ਫਿਰ ਪਤਾ ਹੀ ਨਹੀਂ ਲੱਗਿਆ ਤੈਨੂੰ ਦੱਸਿਆ ਦਿਮਾਗ ਤਾਂ ਹੱਲਿਆ ਤਾਂ ਮੇਰਾ ਪਹਿਲੀ ਬਾਰ ਇਹ ਦਿਮਾਗ ਤੇ ਕਰਿਆ ਵੀ ਪ੍ਰਧਾਨ ਹੋਰ ਕੇ ਤੋਂ ਨਹੀਂ ਮਰਦਾ ਦਿਮਾਗ ਤੋਂ ਮਰੀ ਪਹਿਲਾਂ ਦਿਮਾਗ ਤੋਂ ਮਰਿਆ ਹੋਰ ਤਾਂ ਮੇਰੀ ਇੰਨੀ ਧੜਪੜ ਦੇ ਜਿੰਦਾ ਰਹੂ ਦਿਮਾਗ ਚੱਲਦਾ ਰਹੂ ਦਿਮਾਗ ਨਾਲ ਨਹੀਂ ਪਤਾ ਕੀ ਕਰਦੇ ਮੰਤਰ ਕੁਛ ਨਹੀਂ ਪਤਾ ਦੂਜੇ ਹੱਥ ਨਾਲ ਮੁੰਡੇ ਨੂੰ ਗੱਡੀ ਖੜਾਈ ਤੂੰ ਪੁਲਿਸ ਕੀ ਉਤਰੀ ਓਦਾਂ ਏ ਵਾਹ ਬਾਈ ਵਾਹ ਪੁਲਿਸ ਦਾ ਮੈਂ ਕਹਿਣਾ ਤੂੰ ਮੇਲੇ ਲੱਗ ਗਿਆ ਪੁਲਿਸ ਦਾ ਬੇਸ਼ੱਕ ਤੁਹਾਡੀ ਲੱਤ ਤੋੜ ਦਿੰਦੇ ਫਿਰ ਤਾਂ ਤੁਸੀਂ ਛੱਡਦੇ ਨੀ ਦੇਣਾ ਕਿਸੇ ਨੂੰ ਦਿਮਾਗ ਤਾਂ ਕਿਉਂਕਿ ਚੱਲ ਹੈ ਮੇਰਾ ਦਿਲ ਬਦਲਾਉਂਦੇ ਸੀ ਪੁੱਛ ਮਾਡਮ ਕਰਾਇਆ ਮੇਰਾ ਕਾਰਨ ਜੀ ਕਹਿੰਦੇ ਦਿਲ ਮੇਰੇ ਦਿਲ ਸ਼ੇਰ ਵਾਲਾ ਨਾ ਦਿਲ ਬਦਲਾਉਂਦੇ ਅੱਛਾ ਕਹਿੰਦੇ ਬੱਕਰੀ ਦਾ ਦਿਲ ਪਵਾਵਾਂਗੇ ਬੋਤਲਾਂ ਬੋਤਲਾਂ ਜੀ ਹਸਪਤਾਲ ਫੂਕਤਾ ਸੀ ਉਦੋਂ ਦਿਮਾਗ ਭੜਕਿਆ ਥੋੜਾ ਜਿਹੜਾ ਸੱਟ ਉਹ ਮੈਲਾ ਡਿੱਗਿਆ ਦਿਮਾਗ ਡਿੱਗਿਆ ਅੰਦਰ ਕੱਠਾ ਹੀ ਭੜਕ ਗਿਆ ਦਿਮਾਗ ਰਾਤ ਨੂੰ ਪੇਕ ਲਾਵਾਂਗੇ ਤੜਕੇ ਇੰਤਜ਼ਾਮ ਲੱਸੀ ਕਿੱਥੇ ਇਹੋ ਜਿਹੇ ਕੰਮਾਂ ਚ ਕਿੱਥੇ ਲੱਸੀ ਮਿਲੇ ਖਾ ਰਹੇ ਕਿੱਥੇ ਰਾਤ ਕੱਟੀ ਕਿ ਨਹੀਂ ਬਾਲੇ ਉਹ ਕਰੇ ਹੋਏ ਨੇ ਮੇਰੇ ਚਲੋ ਆਪਾਂ ਤਾਂ ਹੋਰ ਗੱਲਾਂ ਚ ਪੈ ਗਏ ਜੀ ਆਪਾਂ ਸਵਾਲ ਕਿਹੜੀ ਵਧੀਏ ਚਲੋ ਮੈਂ ਤੁਹਾਨੂੰ ਸੱਤਵਾਂ ਸਵਾਲ ਪੁੱਛਦਾ ਜੀ ਬੰਤ ਦੀ ਯਾਰੀ ਕਿੰਨਾ ਲੋਕਾਂ ਨਾਲ ਰਹੀ ਹੈ ਪਹਿਲੀ ਆਪਸ਼ਨ ਹੈ ਜੀ ਪੁਲਿਸ ਨਾਲ ਰਹੀ ਹੈ ਦੂਜੀ ਆਪਸ਼ਨ ਹੈ ਫੌਜੀਆਂ ਨਾਲ ਰਹੀ ਹੈ ਤੀਜੀ ਆਪਸ਼ਨ ਹੈ ਮੰਡੀਰ ਨਾਲ ਰਹੀ ਹੈ ਚੌਥੀ ਆਪਸ਼ਨ ਹੈ ਵੱਡੇ ਵੱਡੇ ਵਪਾਰੀਆਂ ਨਾਲ ਰਹੀ ਹੈ ਯਾਰੀ ਤਾਂ ਮੇਰੀ ਵਪਾਰੀਆਂ ਨਾਲ ਹੀ ਰਹੀ ਵੱਡਿਆਂ ਨਾਲ ਕਾਰਨ ਜੀ ਕਾਹਤੋਂ ਰਹੀ ਜੀ ਕੀ ਕਾਰਨ ਕਿ ਪੈਸੇ ਵਾਲੇ ਬੰਦੇ ਸੀ ਕਰੋੜ ਦੋ ਕਰੋੜ ਫੜਨਾ ਸੀ ਮਿੰਟ ਚ ਫੜ ਲੈਂਦੇ ਸੀ ਬੰਦੇ ਦਾ ਨਾਂ ਵੀ ਲੈ ਜਾਣਾ ਤੈਨੂੰ ਛੱਡਣਾ ਮੁੰਡਾ ਹੁਣ ਤਾਂ ਬਾਹਰਲੇ ਮੁਲਕ ਗਿਆ ਹੋਇਆ ਅੱਛਾ ਜੀ ਕੈਨੇਡਾ ਹੀ ਰਹਿੰਦਾ ਵੀ ਔਖੇ ਟਾਈਮ ਵੀ ਜਦੋਂ ਕੋਈ ਆਇਆ ਹੁੰਦਾ ਵੀ ਡਾਕਾ ਮਾਰਨ ਜਾਣਾ ਕੋਈ ਕਾਰ ਦੀ ਲੋੜ ਹੈ ਕਿਸੇ ਵੱਡੇ ਹਥਿਆਰ ਦੀ ਲੋੜ ਹੈ ਉਹਦੇ ਵਾਸਤੇ ਪੈਸਾ ਚਾਹੀਦਾ ਬਿੰਦ ਚ ਆ ਜਾਂਦਾ ਬਿੰਦ ਚ ਉਹਨੂੰ ਫੋਨ ਮਾਰਦਾ ਮੱਖਾਂ ਬਾਹਰਲੇ ਮੁਲਕ ਤੋਂ 3 ਕਰੋੜ ਪਾਊ ਫਿਰ ਤੰਗ ਨਹੀਂ ਕਰਦਾ ਦੀ ਵੀ ਮੋੜ ਮੇਰੇ ਕਦੇ ਵੀ ਨਹੀਂ ਕਿਹਾ ਅੱਛਾ ਇੰਨਾ ਮੰਗ ਲਿਆ ਪ੍ਰਧਾਨ ਜੀ ਆ ਗਿਆ ਇੱਜ਼ਤ ਕਰਦਾ ਹੁਣ ਵੀ ਇੱਜ਼ਤ ਕਰਦਾ ਹੁਣ ਤਾਂ ਚੱਲ ਮੈਂ ਕਰੋੜੀ ਰੁਪਇਆ ਭੇਜਤਾ ਉਹਨੂੰ ਟਰਾਲਿਆਂ ਦੇ ਟਰਾਲੇ ਮੋੜ ਤੇ ਮਤਲਬ ਮੋੜ ਤੇ ਬੱਦੇ ਮੋੜ ਤੇ ਬੱਦੇ ਹੁਣ ਜੇ ਮੈਂ ਹੁਣ ਵੀ ਮੈਂ ਕਹਾਂ ਐਂ ਕੱਟ ਪਟਿਆ ਕੇ ਦੇਖ ਲੈ ਜੇ ਹੁਣ ਉਹਨੂੰ ਕਹਾਂ ਵੀ ਛੱਡ ਦੇ ਮੈਨੂੰ 10 ਕਰੋੜ ਚਾਹੀਦਾ
ਕਹੋ ਪ੍ਰਧਾਨ ਸਾਹਿਬ ਆ ਕੇ ਫੋਟੋ ਭੇਜੋ ਖਾਤੇ ਦੀ, ਆ ਕੇ ਖਾਤੇ 'ਚ ਮੈਨੂੰ ਤਾਂ ਉਹ ਜਾਂਦੇ ਹੁੰਦੇ ਰੋਂਦੀ ਰੂੰਦੀ ਗੇੜੀ ਗੁੜੀ ਘੋੜੇ ਨੀ ਨਾ ਜੀ ਨਾ ਰੋ ਉਦੋਂ ਘੋੜੇ ਆਏ ਨੀ ਸੀ ਖੱਚਰ ਤੇ ਗਧੇ ਜੇ ਹੁੰਦੇ ਰੋਹਾ ਵੀ ਬਾਣ ਹੁੰਦਾ ਅੱਗੇ ਕਿਹੜੇ ਹੁੰਦੇ ਉਦੋਂ ਬਸ ਉੱਥੋਂ ਦੀ ਫਿਰ ਤੂੰ ਲਾ ਲਿਆ ਵੀ ਮੰਗਾਏ ਉਹ ਤੋਂ ਪਵਾਏ ਪੈਸੇ ਅੱਛਾ ਜੀ ਪੈਸੇ ਨੂੰ ਜਵਾਬ ਨਹੀਂ ਦਿੰਦਾ ਆਪਾਂ ਪ੍ਰਧਾਨ ਮਤਲਬ ਤੇ ਖੱਚਰਾਂ ਦੀ ਸੈਰ ਕਰਦਾ ਰਹਿ ਗਦਿਆਂ ਤੇ ਹਾਂ ਠੀਕ ਹੈ ਜੀ ਘੋੜੇ ਮਤਲਬ ਉਦੋਂ ਫਿਰ ਹੈ ਨਹੀਂ ਤੀਗੇ ਕੰਮ ਘੋੜੇ ਤਾਂ ਬਹੁਤ ਪੁਰਾਣੇ ਨੇ ਜੀ ਬਹੁਤ ਸਮੇਂ ਨਾ ਮੈਨੂੰ ਮੇਰਾ ਕਿਹੜਾ ਮੇਰੇ ਕੋਟਲੇ ਗਰਾਰੀ ਅੜ ਗਈ ਮੈਂ ਛੱਡਣ ਨੂੰ ਕਿਹਾ ਮੈਂ ਪਾ ਮੈਨੂੰ 5 ਕਰੋੜ ਮੈਂ ਕੋਟਲਾ ਖਰੀਦ ਲਿਆ ਤੂੰ ਸਾਰਾ ਸੌਦਾ ਕਰਤਾ ਤੇ ਮੇਰੇ ਫਿਰ ਜੀ ਰਾਤੋਂ ਰਾਤ ਖਰੀਦ ਲਿਆ ਸੀ ਫਿਰ ਅੱਗੇ ਕਚਹਿਰੀਆਂ ਖਰੀਦ ਲਈਆਂ ਕਾਗਜ਼ ਕਰਾ ਲਏ ਸਾਰੇ ਨੌ ਕਰਾ ਲਿਆ ਤੇ ਮੇਰੇ ਕੋਟਲਾ ਫਿਰ ਕੀ ਹੋਇਆ ਜੀ ਫਿਰ ਕੀ ਬੱਚੋ ਯਾਰਾਂ ਦਾ ਦਿਮਾਗ ਭੜਕ ਗਿਆ ਬਦਲ ਗਿਆ ਤੜਕੇ ਨੂੰ ਮੂਡ ਫਿਰ ਪੀਏ ਮੜਾ ਲਏ ਨਾ ਛੱਡਤੇ ਆਏ ਹਾਏ 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 ਇੰਨਾ ਰੁਪਈਆ ਹੀ ਛੱਡਤਾ ਰੁੱਖ ਵੀ ਵੜ ਦੋ ਬੰਦ ਕਰੋ ਜਿਹਨੇ ਜਿੱਥੇ ਜ਼ਮੀਨ ਦੱਬਲੀ ਦੱਬਲੀ ਜਿਹਨੇ ਕੋਈ ਕੋਠੀ ਦੱਬਲੀ ਦੱਬਲੀ ਅੱਛਾ ਜੀ ਹਾਂ ਇਹੋ ਜਿਹਾ ਦਿਮਾਗ ਸੀ ਮੇਰਾ ਹੁਣ ਖਾਦ ਵੀ ਬਹੁਤ ਆ ਮੈਂ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦਾ ਜੋ ਤੁਸੀਂ ਸਿੱਖਿਆ ਤੁਹਾਡੀ ਉਮਰ ਹੰਢਾਈ ਹੈ ਤੁਸੀਂ ਨੇ ਬਹੁਤ ਤਜਰਬਾ ਦੇਖੋ ਉਮਰ ਮੇਰੇ ਭਾਈ ਭੈਣ ਵੀ ਬੈਠੇ ਨੇ ਜੀ ਮੈਂ ਸਤਿਕਾਰ ਕਰਦਾ ਤੇ ਹੋਰ ਵੀ ਬੀਬੀਆਂ ਮਾਈਆਂ ਬਾਬੇ ਸਾਰੇ ਜਵਾਕ ਜੱਲਾ ਜੋ ਵੀ ਬੈਠਾ ਨਿਆਣੇ ਮੈਂ ਇੱਕ ਗੱਲ ਕਹਿਣਾ ਵੀ ਇੱਕ ਤਾਂ ਮਾਂ ਬਾਪ ਨੂੰ ਨਾ ਦੁਖੀ ਕਰੋ ਇੱਕ ਬਾਲਪਣੇ ਚ ਮੇਰਾ ਸਿਰ ਕੁਛ ਨੀ ਮੈਨੂੰ ਪੁੱਛ ਕੇ ਦੇਖ ਲੋ ਇਹ ਤੇ ਮੌਤ ਮਿਲਦੀ ਆ ਹੋਰ ਕੁਛ ਨੀ ਤੁਸੀਂ ਕਿਉਂ ਪੈ ਗਏ ਜੀ ਬਸ ਉਦੋਂ ਚੌਥੀ ਮੇਰਾ ਬਾਪ ਬੈਲੀ ਸੀ ਮੇਰਾ ਦਾਦਾ ਬੈਲੀ ਸੀ ਹੁਣ ਮੈਂ ਬੈਲੀ ਹਾਂ ਗਾਂ ਤੁਹਾਡੀ ਲਾ ਕਾਤਕ ਫਿਲਮਾਂ ਦੇਖਦਾ ਸੀ ਚਸਕਾ ਸੀ ਕਤੇ ਬੰਦੂਖਾਂ ਨੂੰ ਪਿਆਰ ਕਰਿਆ ਬਦੂਖ ਨੂੰ ਦੂਰੋਂ ਮੁਸ਼ਕਲ ਲੈ ਕੇ ਦੱਸ ਦਿੰਦਾ ਤੀ ਵੀ ਕਿਹੜੀ ਗੱਲ ਪਈ ਆ ਨਹੀਂ ਜਿਵੇਂ ਤੁਸੀਂ ਮੈਂ ਜਵਾਨੀ ਪੈ ਰਹੇ ਸੁਨੱਖੇ ਰਹੇ ਹੋ ਕੋਈ ਜਵਾਨੀ ਪੈ ਰਹੇ ਤਾਂ ਹੁਸਨ ਬਹੁਤ ਰਿਹਾ ਮੇਰੇ ਤੇ ਬਹੁਤ ਕੁੜੀਆਂ ਲੜਕੀਆਂ ਮੈਨੂੰ ਕਹਿੰਦੀਆਂ ਹੁੰਦੀਆਂ ਵੀ ਪ੍ਰਧਾਨ ਕਮੇ ਆ ਮਹਾ 5-6 ਦੇ ਕੇਲੇ ਜਾਂ ਹੋਰ ਫਰੂਟ ਖਾ ਲੂ ਪਰ ਤੁਹਾਡੇ ਲਵੇ ਲਵੇ ਨੀ ਲੱਗਣਾ ਮੇਰੇ ਪੈਣ ਦੀ ਮਿੱਟੀ ਚੱਕੀ ਕਈ ਥਾਂ ਕਰਾਇਆ ਮੇਰੇ ਤੇ ਕੀ ਅੱਛਾ ਸਿਆਣਿਆਂ ਤੋਂ ਮੇਰੇ ਤੇ ਟੂਣੇ ਕਰਾਏ ਵੀ ਜੇ ਬਾਅਦ ਚ ਕਰ ਲਈਏ ਮੈਂ ਭਾਗਿਆ ਸਿਆਣੇ ਲਵੇ ਮੈਂ ਤੂੰ ਕੀ ਕਾਲ ਨੂੰ ਬਾਅਦ ਚ ਕਰ ਲੇਗਾ ਮੈਂ ਤੇਰਾ ਦੱਸਾਂ ਕਿੰਨੇ ਵਜੇ ਕਾਲ ਪਹਿਲਾਂ ਕਿੰਨੇ ਵਜੇ 2:12 ਹੋਏ ਹੋਏ ਤੇਰਵੇਂ ਮਿੰਟ ਤੇ ਤੇਰੀ ਮੌਤ ਆ ਠੋਕਤਾ ਠੋਕਿਆ ਸਿਆਣਾ ਅੱਛਾ ਜੀ ਮਤਲਬ ਕਿ ਇੰਨਾ ਹੋ ਰਿਹਾ ਮਤਲਬ ਹੁਣ ਤਾਂ ਕਰੋ ਤੋਂ ਬਾਅਦ ਤੁਹਾਡਾ ਪੂਰਾ ਕਾਇਮ ਰਹੇਗਾ ਜਿੱਥੇ ਲਿਖਤੀ ਮੌਤ ਫਿਰ ਪ੍ਰਧਾਨ ਨੇ ਲਿਖਤੀ ਕੋਈ ਮੋੜ ਨਹੀਂ ਛੱਕਿਆ ਠੀਕ ਹੈ ਜੀ ਚਲੋ ਬਸ ਸੰਦੇਸ਼ਾ ਦਿੰਦੇ ਦਿੰਦੇ ਹੋਰ ਪਾਸੇ ਚੱਲ ਪਏ ਚੰਗਾ ਜੀ ਛੱਛਰੀ ਕਾਰ ਛੜਿਆ ਨੂੰ ਬੱਚ ਬੈਲਪੁਣੇ ਦੇ ਰਾਹ ਮੇਰਾ ਸਿਰ ਕੋਈ ਪਿਓ ਨਾ ਨਸ਼ਿਆਂ ਦੇ ਰਾਹ ਨਾ ਪਾਓ ਠੀਕ ਹੈ ਪਰਿਵਾਰ ਨੂੰ ਖੁਸ਼ ਰੱਖੋ ਕੰਮ ਧੰਦਾ ਕਰੋ ਨੌਹਾਂ ਦੀ ਕਿਰਤ ਕਰੋ ਦੱਸੀ ਨੌਹਾਂ ਦੀ ਹੈ ਉਹ ਆਪਣਾ ਸਾਰਿਆਂ ਤੋਂ ਵਧੀਆ ਨਸ਼ੇ ਪੱਤੇ 'ਚ ਕੁਛ ਨਹੀਂ ਅਤੇ ਬੈਲਪੁਣੇ 'ਚ ਕੁਛ ਨਹੀਂ ਠੀਕ ਹੈ
ਬਾਕੀ ਅਗਲਾ ਸੰਦੇਸ਼ ਤੁਹਾਨੂੰ ਜਲਦੀ ਮਿਲਦੇ ਆਪਾਂ। ਮੈਂ ਹੁਣ ਥੋੜਾ ਜਿਹਾ ਮਿਰਜ਼ਾਪੁਰ ਜਾਣਾ, ਮੈਨੂੰ ਕੰਮ ਹੈ ਵੋਟਾਂ ਨੇ ਉੱਥੇ। ਜੀਪ ਤੁਹਾਡੇ ਕੋਲ ਡੱਬਾ ਵਾਲੀ ਰੱਖੀ ਹੋਈ ਹੈ? ਜੀਪ ਰੱਖੀ ਹੋਈ ਸੀ, ਕਿਸ਼ਤਾਂ ਜਾਂ ਮੁੜੀਆਂ ਉਹਦੀਆਂ ਵੇਚ ਦਿੱਤੀ ਮੈਂ। ਅੱਛਾ, ਲੈ ਗਏ? ਲੈ ਗਏ ਚੱਕ ਕੇ ਬੈਂਕਾਂ ਦੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਨਾ ਕੋਈ ਨਾ ਕੋਈ ਨਾ, ਆਊਗਾ ਅਗਲੇ ਗੇੜੇ ਫੋਟੋ ਕਰਾਉ ਤੁਹਾਡੇ ਨਾਲ। ਚੰਗਾ, ਸਮੋਸਾ ਖਾ ਲਓ ਜੀ। ਟਲੀ ਹੋਈ ਚੀਜ਼ ਉੱਤੇ ਬਲਦਾ ਮੇਰੀ। ਚੱਲ ਕੋਈ ਨਾ, ਜੂਸ ਪੀ ਕੇ ਜਾਊਂਗਾ। ਠੀਕ ਹੈ, ਪੀ ਲਓ, ਆ ਜੂਸ ਪਿਆ ਦਿੰਦੇ ਜੀ। ਠੀਕ ਹੈ, ਇੱਧਰ ਦੀ ਆ ਮਾਤੋਂ ਦੀ। ਹਾਂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ, ਥੈਂਕ ਯੂ ਸੋ ਮਚ।